सत श्रीकाल लोक रंग चैनल पंजाबी देख रहे सारे दर्शकों स्वागत है। मैं हाँ सुखविंदर सिंह। अज असी एक बार फिर तो तुहाडे रूबरू हो रहे हैं खबर टॉप दियां लैके। खबर होणगियां पंजाब ते पंजाबियां दे सरोकार नाल जुड़ियां। देश भर में की कुछ वापर रहा, किसानां दे नाल की कुछ हो रहा, दिल्ली सरकार दे नाल पंजाब दी गलबात किस तरीके दे नाल हो रही है उस उत्ते भी असी गलबात करांगे। किसानी संघर्ष किधर जा रहा है उस उत्ते भी असी गलबात करांगे। माल गड्डियां हाले भी रुकियां हुई हैं जिस दे कारण पंजाब दे विच लगातार जिहड़ियां ओह परेशानी सरकार नूं भी हो रही है, सरकार भी चिंता दे विच है। कैप्टन साहब राष्ट्रपति साहब नूं मिलना चाहुंदे सी, उत्थे भी जिहड़ी आ ओह गलबात बनदी नज़र नहीं आ रही। जिहड़ी विरोधी पार्टियां ने पंजाब दे विच उह तां पहले ही खेड़ा छड़ा चुकियां ने कि इस तरीके दे नाल गलबात जिहड़ी आ ओह सिरे नहीं चढ़ सकदी। प्रधानमंत्री साहब नूं मिलो, तमाम खबरां ने। श्रोमणी गुरुद्वारा प्रबंधक कमेटी दे मसले ते भी गलबात करांगे कि अगले दिनां दे विच इक वड्डा खुलासा होण जा रहा है उस उत्ते असीं भी गलबात करके तुहाडे नाल चर्चा रूबरू करांगे। मेरे नाल इस वेले सीनियर पत्रकार परमिंदर सिंह रायपुर मौजूद ने। परमिंदर जी किदां देखदे हो, तमाम अखबारां सुर्खियां ने कि कैप्टन साहब नूं राष्ट्रपति साहब ने मिलन तों कोरी ना कर दिती है, जां इह खबरां सामने आ रही हैं कि ना कर दिती है, तो क्यों कीती है उहदे उत्ते भी इक चर्चा छिड़ी हुई है कि इह बेहद जिहड़ी आ उह सूबियां दे नाल धक्के वाली गल है। सूबियां नूं जिहड़ा उह अधिकार उह हक जिहड़े सूबियां दे हुंदे ने उहनां तों जिहड़ा मनफी कीता जा रिहा, इहनूं किदां देख? बिल्कुल, इह गल जिहड़ी चर्चा च आ रही है कि ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਨੇ, ਉਹ ਇਸ ਸੰਦਰਭ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਇਹ ਗੱਲ ਜਾਇਜ਼ ਵੀ ਜਾਪਦੀ ਆ। ਰਾਸ਼ਟਰਪਤੀ ਦੇ ਕੋਲ ਜੇ ਸੰਵਿਧਾਨਕ ਸ਼ਕਤੀਆਂ ਦੀ ਗੱਲ ਕਰੀ ਜਾਵੇ ਤਾਂ ਅਸਲ ਦੇ ਵਿੱਚ ਜਿਹੜਾ ਮਾਲਕ ਹੁੰਦਾ ਉਹ ਰਾਸ਼ਟਰਪਤੀ ਹੁੰਦਾ, ਪਰ ਹੁਣ ਐਂ ਕਹਿ ਲਓ ਕਿ ਸਰਕਾਰ ਦਾ ਦਬਾਅ ਇੰਨਾ ਜਾਂ ਸਰਕਾਰ ਵੱਲ ਝੁਕਾਅ ਕਹਿ ਸਕਦੇ ਹਾਂ ਆਪਾਂ ਰਾਸ਼ਟਰਪਤੀ ਸਾਹਿਬ ਦਾ, ਭਾਰਤ ਦੇ ਦਾ, ਤਾਂ ਉਹ ਇਹ ਕਹਿ ਸਕਦੇ ਹਾਂ ਕਿ ਜਿਹੜਾ ਕੰਮ ਹੋ ਰਿਹਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਕੇਂਦਰ ਸਰਕਾਰ ਦੇ ਨਾਲ ਮਿਲ ਜੁਲ ਕੇ ਹੋ ਰਿਹਾ। ਰਾਸ਼ਟਰਪਤੀ ਸਾਹਿਬ ਦਾ ਜਿਹੜਾ ਫਰਜ਼ ਬਣਦਾ ਉਹ ਤਾਂ ਇਹੀ ਹੈ ਨਾ ਕਿ ਸੂਬਾ ਜੇ ਸਰਕਾਰ ਸੂਬਾ ਸਰਕਾਰ ਹੈ, ਚਾਹੇ ਉਹਦੇ ਨਾਲ ਵਿਰੋਧੀ ਧਿਰ ਵੀ ਆਉਂਦੀ ਹੈ, ਮੁੱਖ ਮੰਤਰੀ ਆਉਂਦੇ ਨੇ ਜਾਂ ਰਾਜਪਾਲ ਵੀ ਆਉਂਦੇ ਨੇ, ਕਿਸੇ ਤਰ੍ਹਾਂ ਆਉਂਦੇ ਨੇ, ਤਾਂ ਉਹ ਆ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮੌਕਾ ਤਾਂ ਦੇਣਾ ਚਾਹੀਦਾ, ਉਹਨਾਂ ਦੀ ਗੱਲ ਸੁਣਨ 'ਚ ਹਰਜ ਕੀ ਆ। ਫੈਸਲਾ ਤਾਂ ਉਹਨਾਂ ਦਾ ਆਪਣਾ ਹੈਗਾ, ਜਿੱਦਾਂ ਉਹ ਕਿਵੇਂ ਸੈਟਿਸਫਾਈ ਕਰਦੇ ਨੇ ਉਸ ਵਫਦ ਨੂੰ, ਡੈਪੂਟੇਸ਼ਨ ਜੋ ਉਹਨੂੰ ਮਿਲਣ ਜਾਂਦਾ ਉਹਨੂੰ ਕਿਵੇਂ ਆਪਣੇ ਨਾਲ ਜੋੜਦੇ ਨੇ ਜਾਂ ਆਪਣੀਆਂ ਗੱਲਾਂ ਨਾਲ ਕਿਵੇਂ ਉਹਨਾਂ ਨੂੰ ਸੰਤੁਸ਼ਟ ਕਰਕੇ ਭੇਜਦੇ ਨੇ ਉਹ ਵੱਖਰੀ ਗੱਲ ਹੁੰਦੀ ਹੈ। ਇਹ ਵੀ ਸੋਚ ਲੈਣਾ ਚਾਹੀਦਾ ਨਾ ਕੇਂਦਰ ਨੂੰ ਜਾਂ ਰਾਸ਼ਟਰਪਤੀ ਸਾਹਿਬ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਕਿ ਜੇ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਬੈਠੀ ਇਹ ਗੱਲ ਕਹਿੰਦੀ ਹੈ ਕਿ ਕਿਸਾਨ ਸਾਡੇ ਨਾਲ ਆ ਕੇ ਗੱਲਬਾਤ ਕਰਨ ਸੀ, ਉਹਨਾਂ ਨੂੰ ਸੰਤੁਸ਼ਟ ਕਰਦੇ ਹਾਂ, ਜੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ ਸੰਤੁਸ਼ਟ ਕਰ ਦਿੰਦੇ ਨੇ ਤਾਂ ਕਿਸਾਨ ਵੀ ਸੰਤੁਸ਼ਟ ਹੋ ਜਾਣਗੇ, ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਜ਼ੋਰ ਲਗਾਉਣਗੇ ਉਸੇ ਖੇਤੀ ਕਾਨੂੰਨਾਂ ਦੇ ਉੱਤੇ। ਜੇ ਉਹ ਗੱਲਬਾਤ ਕਿਸਾਨਾਂ ਨਾਲ ਹੁਣ ਨਹੀਂ ਹੋ ਰਹੀ ਤਾਂ ਇਸ ਨੁਮਾਇੰਦਿਆਂ ਦੇ ਨਾਲ ਇਸ ਵਫਦ ਦੇ ਨਾਲ ਗੱਲਬਾਤ ਕਰ ਲਈ ਜਾਵੇ ਤਾਂ ਕਿ ਕਿਸਾਨ ਖੁਸ਼ ਹੋ ਜਾਣ। ਗੱਲ ਕਿਸਾਨਾਂ ਨੂੰ ਖੁਸ਼ ਕਰਨ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਜੇ ਆਪਾਂ ਇੱਥੇ ਗੱਲ ਇੰਨੀ ਕੁ ਸੋਚੀ ਜਾਈਏ ਕਿ ਇੱਕ ਸੰਵਿਧਾਨਕ ਹੱਕ ਹੁੰਦਾ ਸੂਬੇ ਕੋਲ ਵੀ ਹੈ, ਅਤੇ ਉਹਦਾ ਵਫਦ ਜੇ ਤੁਹਾਨੂੰ ਸੂਬੇ ਦੀਆਂ ਮੁਸ਼ਕਲਾਂ ਚਾਹੇ ਕੋਈ ਵੀ ਨੇ, ਚਾਹੇ ਕਿਸਾਨੀ ਮੁਸ਼ਕਲਾਂ ਨੇ ਜਾਂ ਲੋਕਾਂ ਦੀਆਂ ਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਆ, ਲੋਕਤੰਤਰ ਹੈ ਤਾਂ ਹਰ ਕੋਲ ਇਹ ਹੱਕ ਬਣਦਾ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਕਰੇ, ਉੱਥੇ ਉਹਨਾਂ ਨੂੰ ਮਿਲਣ ਦਾ ਸਮਾਂ ਲਵੇ, ਅਤੇ ਰਾਸ਼ਟਰਪਤੀ ਸਾਹਿਬ ਦਾ ਐਂ ਕਹਿ ਸਕਦੇ ਹਾਂ ਆਪਾਂ ਵੀ ਉਹਨਾਂ ਦਾ ਵੀ ਇੱਕ ਡਿਊਟੀ ਬਣਦੀ ਹੈ ਕਿ ਉਹ ਇਹਨਾਂ ਲੋਕਾਂ ਦੀ ਗੱਲ ਸੁਣੇ, ਸੁਣਨਾ ਚਾਹੀਦਾ ਸੀਗਾ। ਦੂਜੀ ਗੱਲ ਹੈਗੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੇ ਸੰਤੁਸ਼ਟ ਕਰਕੇ ਭੇਜਦੇ ਆ ਤਾਂ ਕਿਸਾਨ ਵੀ ਸੰਤੁਸ਼ਟ ਹੋ ਜਾਣਗੇ, ਜ਼ਰੂਰੀ ਨਹੀਂ ਹੈਗਾ, ਉਹ ਹੋ ਸਕਦਾ ਕੈਪਟਨ ਸਾਹਿਬ ਕਿਸੇ ਹੋਰ ਗੱਲ ਨਾਲ ਸੰਤੁਸ਼ਟ ਹੋ ਜਾਣ, ਉਹ ਕਿਸਾਨੀ ਮੰਗਾਂ ਨਾਲ ਸੰਬੰਧ ਨਾ ਰੱਖਦੀ ਹੋਵੇ ਜਾਂ ਕਿਸਾਨੀ ਜੋ ਮੰਗਾਂ ਨੇ ਉਹਦੇ ਫਿੱਟ ਨਾ ਬੈਠਦੀ ਹੋਵੇ ਗੱਲ ਉਹ, ਅਤੇ ਗੱਲ ਤਾਂ ਇੰਨੀ ਕਿ ਜੇ ਕਿਸਾਨੀ ਮਸਲਾ ਲੈ ਕੇ ਜਾ ਰਹੇ ਨੇ ਤਾਂ ਕਿਸਾਨਾਂ ਦੀ ਮੰਗ ਆਪਾਂ ਇਹ ਸੋਚ ਸਕਦੇ ਕਿ ਕਿਸਾਨਾਂ ਦੀ ਮੰਗ ਜੋ ਹੂ ਬਹੂ ਮੰਗ ਹੈ ਉਹਨੂੰ ਲੈ ਕੇ ਜਾਂਦੇ ਹੋਣਗੇ ਨਾ, ਅਤੇ ਉਹਦੇ ਲਈ ਸੰਤੁਸ਼ਟ ਕਰਨ ਦੀ ਤਾਂ ਗੱਲ ਕੋਈ ਹੈ ਹੀ ਨਹੀਂ ਫਿਲਹਾਲ, ਕਿਉਂਕਿ ਸੈਂਟਰ ਗੌਰਮੈਂਟ ਦੇ ਵਿੱਚੋਂ ਬਿੱਲ ਬਣ ਕੇ ਆਇਆ ਅਤੇ ਰਾਸ਼ਟਰਪਤੀ ਨੇ ਮੋਹਰ ਲਾ ਦਿੱਤੀ ਆ। ਰਾਸ਼ਟਰਪਤੀ ਸਾਹਿਬ ਨੂੰ ਕਿਹੜਾ ਨਹੀਂ ਪਤਾ ਕਿ ਇਹ ਬਿੱਲ ਇੱਦਾਂ ਦਾ ਇਹਦੇ ਇਹ ਦੇਸ਼ ਦੇ ਵਿੱਚ ਵਾਪਰ ਰਿਹਾ, ਸਾਰਾ ਕੁਛ ਉਹਨਾਂ ਕੋਲ ਸਾਰੀਆਂ ਰਿਪੋਰਟਸ ਹੈਗੀਆਂ ਨੇ। ਸੋ ਉਹਨਾਂ ਨੂੰ ਤਾਂ ਇਹ ਗੱਲ ਸਿਰਫ ਆਪਾਂ ਇਹ ਗੱਲ ਕਰਦੇ ਕਿ ਉਹਨਾਂ ਨੂੰ ਗੱਲ ਸੁਣਨ 'ਚ ਹਰਜ ਕੀ ਸੀ, ਸਮਾਂ ਨਾ ਦੇਣਾ, ਐਂ ਕਹਿ ਲਓ ਕਿ ਸੂਬੇ ਦੇ ਸੰਵਿਧਾਨਕ ਹੱਕ ਦੇ ਉੱਤੇ ਇੱਕ ਲੱਤ ਮਰੀ ਗਈ ਹੈ ਕਹਿ ਸਕਦੇ ਹਾਂ ਆਪਾਂ। ਇਹਦੇ ਦੂਜੇ ਪੱਖੇ ਵੀ ਦੇ ਸਕਦੇ ਹਾਂ, ਜਿਵੇਂ ਭਾਜਪਾ ਦੇ ਲੀਡਰ ਕਈ ਥਾਵਾਂ 'ਤੇ ਕਹਿ ਚੁੱਕੇ ਨੇ ਕਿ ਇਹ ਤਾਂ ਪੱਥਰ 'ਤੇ ਲਕੀਰ ਹੈ, ਜੋ ਫੈਸਲਾ ਲੈ ਲਿਆ ਇਹ ਨਹੀਂ ਹੁਣ ਮਿਟਦੀ। ਅਤੇ ਦਿੱਲੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਕਾਂਗਰਸ ਦੇ ਜਿੰਨੇ ਵੀ ਸੰਸਦ ਮੈਂਬਰ ਨੇ ਪੰਜਾਬ ਤੋਂ ਜਿਹੜੇ ਨੇ ਨੁਮਾਇੰਦੇ, ਉਹ ਸਾਰੇ ਮੀਟਿੰਗ ਕਰਕੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਮੰਤਰੀਆਂ ਦੇ ਨਾਲ ਗੱਲਬਾਤ ਕਰਨੀ ਸੀ, ਕੇਂਦਰੀ ਮੰਤਰੀਆਂ ਨੇ ਵੀ ਪੱਲਾ ਝਾੜ ਲਿਆ, ਹੁਣ ਅਸੀਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਕਰਾਂਗੇ। ਇਹਨੂੰ ਸਾਰੇ ਨੂੰ ਆਪਾਂ ਇਹੀ ਸਮਝ ਲਈਏ ਕਿ ਪੱਥਰ 'ਤੇ ਲਕੀਰ ਵੱਜੀ ਹੋਈ ਆ, ਹੁਣ ਜੋ ਮਰਜ਼ੀ ਜਿੱਧਰ ਮਰਜ਼ੀ ਟੱਕਰਾਂ ਮਾਰੀ ਜਾਓ।
ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਕਿਸਾਨੀ ਮਸਲਿਆਂ 'ਤੇ ਗੱਲਾਂ ਬਹੁਤ ਹੋ ਚੁੱਕੀਆਂ ਨੇ, ਉਹਦਾ ਹੱਲ ਇੱਕੋ ਹੀ ਨਿਕਲਦਾ ਨਜ਼ਰ ਆ ਰਿਹਾ। ਜਿੱਦਾਂ ਹੁਣ ਰਾਜਸਥਾਨ ਨੇ ਬਿੱਲ ਪੇਸ਼ ਕਰਤਾ ਆਪਣਾ, ਪਾਸ ਕਰਤਾ ਵਿਧਾਨ ਸਭਾ ਦੇ ਵਿੱਚ ਕਿ MSP 'ਤੇ ਹੀ ਖਰੀਦ ਹੋਏਗੀ, ਉਸ ਤੋਂ ਘੱਟ ਖਰੀਦ ਨਹੀਂ ਹੋਏਗੀ। ਜੇ MSP ਨੂੰ ਕੋਈ ਇਗਨੋਰ ਕਰਦਾ ਦਿਖਿਆ ਤਾਂ 7 ਸਾਲ ਦੀ ਸਜ਼ਾ ਤੱਕ ਦਾ ਉਹਨਾਂ ਨੇ ਰੱਖਤਾ ਵਿੱਚ ਮਤਾ ਕਰਤਾ। ਤਾਂ ਉਹ ਚੀਜ਼ਾਂ ਜਦੋਂ ਰਾਜ ਆਪਣੇ ਅਧਿਕਾਰਾਂ ਦੀ ਪ੍ਰੋਪਰ ਵਰਤੋਂ ਕਰਨ ਲੱਗ ਗਏ, ਇਕੱਠੇ ਹੋਣੇ ਸ਼ੁਰੂ ਹੋ ਗਏ, ਤਾਂ ਕਿਤੇ ਨਾ ਕਿਤੇ ਇਹ ਪੱਥਰ 'ਤੇ ਲੀਕ ਵੀ ਮਿਟ ਜਾਣੀ ਆ। ਲੇਕਿਨ ਗੱਲ ਇੰਨੀ ਕਹਿ ਗਈ ਹੈ ਕਿ ਇਹ ਪੱਥਰ 'ਤੇ ਲੀਕ ਮਿਟਾਉਣ ਵਾਸਤੇ ਸਾਰੀਆਂ ਸਮੁੱਚੀਆਂ ਪਾਰਟੀਆਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਔਰ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਹੋਣਾ ਪਏਗਾ। ਜੇ ਉਹਨਾਂ ਨੂੰ ਲੱਗਦਾ ਕਿਸਾਨਾਂ ਨੂੰ ਕਿ ਸਾਡੇ ਹੱਕਾਂ ਦੇ ਉੱਤੇ ਡਾਕਾ ਵੱਜਿਆ, ਤਾਂ ਇਕਜੁੱਟ ਹੋਣ 'ਚ ਹਰਜ ਵੀ ਕੀ ਆ, ਉਹ ਹੋਣਾ ਪੈਣਾ ਤਾਂ ਹੋ ਵੀ ਜਾਣਗੇ ਇੱਕ ਨਾ ਇੱਕ ਦਿਨ। ਜਿੱਦਾਂ ਹੁਣ ਰੇਲ ਗੱਡੀਆਂ ਰੋਕੀਆਂ ਨੇ, ਤਾਂ ਜਿੱਦਾਂ ਕੱਲ੍ਹ ਬਿਆਨ ਆਇਆ ਸੀਗਾ ਪੰਜਾਬ ਦੇ ਕਿਸਾਨਾਂ ਦਾ ਯੂਨੀਅਨ ਦਾ ਵੀ, ਕਿ ਅਸੀਂ ਹਰਿਆਣਾ ਰਾਜਸਥਾਨ ਵਰਗੀਆਂ ਸਟੇਟਾਂ ਨੂੰ ਨਾਲ ਲੈ ਕੇ ਅਸੀਂ ਸਪਲਾਈ ਬੰਦ ਕਰ ਦਾਂਗੇ ਦੁੱਧ ਦੀ, ਉਹਦੀ ਸਬਜ਼ੀਆਂ ਦੀ, ਫਰੂਟਸ ਦੀ। ਸੋ ਇੱਦਾਂ ਦੇ ਕਦਮ ਚੁੱਕਣ ਨਾਲੋਂ ਪਹਿਲਾਂ ਹੀ ਸੈਂਟਰ ਨੂੰ ਸੋਚ ਲੈਣਾ ਚਾਹੀਦਾ ਕਿ ਜਿਹੜੇ ਆਹ ਕਾਨੂੰਨ ਨੇ ਸੱਚੀ ਮੁੱਚੀ ਲੋਕਾਂ ਦੇ ਵਿਰੁੱਧ ਜਾ ਰਹੇ ਨੇ, ਅਤੇ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਰਹੇ ਨੇ। ਕਿਤੇ ਸਥਿਤੀ ਹੈ ਜਿਹੜੀ ਵਿਸਫੋਟਕ ਨਾ ਬਣ ਜਾਵੇ, ਦੇਸ਼ ਦੇ ਵਿੱਚ ਜਿਹੜੀ ਸ਼ਾਂਤੀ ਹੈਗੀ ਆ ਉਹ ਕਿਤੇ ਭੰਗ ਨਾ ਹੋ ਜਾਵੇ, ਤਾਂ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਇੱਕ ਜਾਂ ਦੋ ਬੰਦੇ ਦੇ ਜਾਂ ਇੱਕ ਦੋ ਘਰਾਣਿਆਂ ਨੂੰ, 10 ਘਰਾਣਿਆਂ ਨੂੰ ਤੁਸੀਂ ਫਾਇਦਾ ਦੇਣ ਦੇ ਲਈ ਸਮੁੱਚੇ ਦੇਸ਼ ਦੀ ਆਵਾਮ ਨੂੰ ਜਿਹੜਾ ਦੁਖੀ ਕਰੋਗੇ। ਤਾਂ ਇਹ ਕਾਨੂੰਨ ਜਿਹੜੇ ਹੈਗੇ ਬਦਲਣੇ ਵੀ ਪੈ ਸਕਦੇ ਨੇ। ਗੱਲ ਇੰਨੀ ਕਹਿ ਕਿ ਪ੍ਰੈਸ਼ਰ ਕਿੰਨੇ ਕੁ ਰਾਜ ਬਣਾਉਂਦੇ ਨੇ। ਦੂਜੀ ਗੱਲ ਇਹ ਹੈ ਕਿ ਇਸ ਸਭ ਦੇ ਵਿਚਾਲੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸ਼ਾਂਤੀ ਬਹਾਲ ਰਹਿਣੀ ਚਾਹੀਦੀ ਹੈ ਸੂਬਿਆਂ ਦੇ ਵਿੱਚ, ਦੇਸ਼ ਦੇ ਵਿੱਚ ਸ਼ਾਂਤੀ ਬਹਾਲ ਰਹਿਣੀ ਚਾਹੀਦੀ ਹੈ, ਪਰ ਕਿਤੇ ਨਾ ਕਿਤੇ ਆਪਾਂ ਇਹ ਨਹੀਂ ਦੇਖਦੇ ਕਿ ਭਾਜਪਾ ਜਾਂ ਉਹਨਾਂ ਦੇ ਹਮਖਿਆਲੀਆਂ ਵੱਲੋਂ ਇਹੋ ਜਿਹੀ ਬਿਆਨਬਾਜ਼ੀ ਸਾਹਮਣੇ ਆਉਂਦੀ ਹੈ ਜਿਹੜੀ ਕਿਤੇ ਨਾ ਕਿਤੇ ਪੰਜਾਬ ਜਾਂ ਪੰਜਾਬੀਆਂ ਨੂੰ ਸੱਟ ਮਾਰਦੀ ਆ। ਹਰਿਆਣੇ 'ਚ ਤੁਸੀਂ ਬਿਆਨ ਸੁਣਿਆ ਹੋਣਾ ਦੁਸ਼ਯੰਤ ਚੌਟਾਲਾ ਹੋਣਿਆਂ ਦਾ, ਜਨਨਾਇਕ ਜਨਤਾ ਪਾਰਟੀ JJP ਬਣਾਈ, ਭਾਜਪਾ ਨਾਲ ਜਾ ਕੇ ਸਾਂਝ ਕਰ ਲਈ, ਕਿਸਾਨਾਂ ਦੇ ਹੱਕਾਂ ਨੂੰ ਲੈ ਕੇ ਖੜ੍ਹੇ ਹੋਏ ਸੀ। ਹੁਣ ਕਿਸਾਨ ਉਹਨਾਂ ਤੋਂ ਹਿਸਾਬ ਮੰਗਦੇ ਨੇ ਕਿ ਜਾਂ ਤਾਂ ਅਸਤੀਫਾ ਦਿਓ ਜਾਂ ਇਸ ਮਸਲੇ ਉੱਤੇ ਆਪਣਾ ਸਟੈਂਡ ਜਿਹੜਾ ਸਪਸ਼ਟ ਕਰੋ। ਦੂਜੀ ਗੱਲ, ਉਹਨਾਂ ਨੇ ਹੁਣ ਜਿਹੜਾ ਬਿਆਨ ਦੇ ਦਿੱਤਾ ਚੰਡੀਗੜ੍ਹ ਨੂੰ ਲੈ ਕੇ ਕਿ ਪੰਜਾਬ ਵੀ ਆਪਣਾ ਹੱਕ ਛੱਡਦੇ, ਅਸੀਂ ਵੀ ਆਪਣਾ ਹੱਕ ਛੱਡਦੇ ਹਾਂ, ਇਹਨੂੰ ਬਿਆਨ ਨੂੰ ਕਿੱਦਾਂ ਦੇਖਦੇ ਹੋ ਕਿ ਉਹੀ ਗੱਲ ਆ ਗਈ ਕਿ ਪੰਜਾਬੀਆਂ ਨੂੰ ਲਗਾਤਾਰ ਇੱਕ ਸੱਟ ਮਾਰੀ ਜਾ ਰਹੀ, ਇੱਕ ਦਿਮਾਗੀ ਸੱਟ ਵੀ ਮਾਰੀ ਜਾ ਰਹੀ ਕਿ ਭੁੱਲ ਜਾਓ ਤੁਹਾਡਾ ਕੀ ਕੁਝ ਹੈਗਾ, ਤੁਹਾਨੂੰ ਇਸੇ ਤਰ੍ਹਾਂ ਦੱਬ ਕੇ ਰੱਖਿਆ ਜਾਊ? ਪਹਿਲਾਂ ਤਾਂ ਉਹਨਾਂ ਨੂੰ ਇਹੀ ਪੁੱਛਣਾ ਚਾਹੀਦਾ ਕਿ ਜਿਹੜਾ ਉਹ ਹਰਿਆਣੇ ਦਾ ਹੱਕ ਚੰਡੀਗੜ੍ਹ ਦੇ ਉੱਤੇ ਦਾਅਵਾ ਪੇਸ਼ ਕਰ ਰਿਹਾ ਕਿ ਪੰਜਾਬ ਛੱਡ ਦੇਵੇ ਹੱਕ ਆਪਣਾ, ਅਸੀਂ ਵੀ ਛੱਡ ਦਾਂਗੇ, ਤੁਸੀਂ ਮੰਗ ਵੀ ਤਾਂ ਰਾਜਧਾਨੀ ਲਈ ਸੀਗੀ, ਅਤੇ ਤੁਸੀਂ ਤੁਸੀਂ ਕਾਹਦਾ ਹੱਕ ਛੱਡ ਦੋਗੇ? ਤੁਹਾਨੂੰ ਹੱਕ ਦਿੱਤਾ ਕਿਹਨੇ ਸੀ? ਸੰਵਿਧਾਨਕ ਤੌਰ 'ਤੇ ਥਾਂ ਜਗ੍ਹਾ ਉਹ ਚੰਡੀਗੜ੍ਹ ਜਿੱਥੇ ਬਣਿਆ ਹੈ, ਠੀਕ ਹੈ, ਉਹ ਪੰਜਾਬ ਦੀ ਥਾਂ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਉੱਥੇ ਬਣਿਆ ਹੋਇਆ, ਪੰਜਾਬ ਦੀ ਹਾਈਕੋਰਟ ਉੱਥੇ ਆ, ਪੰਜਾਬ ਯੂਨੀਵਰਸਿਟੀ ਉੱਥੇ ਆ, ਅਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਰਿਆਣਾ ਹੱਕ ਛੱਡ ਦੂਗਾ? ਉਹ ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਛੱਡੋ ਨਾ ਛੱਡੋ, ਉਹ ਵੱਖਰੀ ਗੱਲ ਹੈ, ਤੁਸੀਂ ਆਪਣੀ ਬਣਾ ਲਓ ਰਾਜਧਾਨੀ, ਤੁਹਾਨੂੰ ਕੌਣ ਰੋਕਦਾ? ਜੇ ਤੁਹਾਡੇ 'ਚ ਐਡੀ ਤੁਸੀਂ ਕਹਿੰਦੇ ਹੋ ਕਿ ਸਾਡੇ 'ਚ ਨਵੀਂ ਰਾਜਧਾਨੀ ਆਪਣੀ ਬਣਾਉਣ 'ਚ, ਗੱਲ ਤਾਂ ਇੰਨੀ ਕੁ ਹੋ ਗਈ ਨਾ ਕਿ ਜੇ ਅਸੀਂ ਵੀ ਛੱਡ ਦਾਂਗੇ, ਤੁਸੀਂ ਆਪਣੀ ਰਾਜਧਾਨੀ ਬਣਾ ਲਓ, ਤੁਹਾਨੂੰ ਕੌਣ ਰੋਕਦਾ? ਤੁਸੀਂ ਪੰਜਾਬ ਨਾਲ ਕਿਉਂ ਰਲ ਗੱਡ ਕਰਦੇ ਹੋ? ਤੁਹਾਨੂੰ ਆਪਣਾ ਰਾਜ ਮਿਲ ਗਿਆ, ਤੁਸੀਂ ਆਪਣੀ ਰਾਜਧਾਨੀ ਬਣਾ ਸਕਦੇ ਹੋ, ਕੋਈ ਪ੍ਰੈਸ਼ਰ ਤਾਂ ਨਹੀਂ ਹੈਗਾ? ਕੱਲ੍ਹ ਨੂੰ ਤਾਂ ਇਹਨਾਂ ਨੇ ਪਾਣੀਆਂ ਦੇ ਮੁੱਦੇ 'ਤੇ ਵੀ ਆ ਕੇ ਕਹਿ ਦੇਣਾ ਕਿ ਉਹ ਵੀ ਭੁੱਲ ਜਾਓ। ਨਹੀਂ, ਐਂ ਕਿਵੇਂ ਭੁੱਲ ਜਾਓ? ਪੰਜਾਬ ਦੇ ਉੱਤੇ ਜਿਵੇਂ ਤੁਸੀਂ ਗੱਲ ਕੀਤੀ ਹੈ, ਇਹ ਸਿਰਫ ਚੋਭਾ ਨੇ, ਇਹਨਾਂ ਨਾਲ ਪੰਜਾਬ ਦਾ ਮਾਹੌਲ, ਹਰਿਆਣੇ ਦਾ ਮਾਹੌਲ ਖਰਾਬ ਹੋ ਸਕਦਾ। ਇਹਨਾਂ ਲੀਡਰਾਂ ਨੂੰ ਇਹ ਕਹਿ ਸਕਦੇ ਹਾਂ ਆਪਾਂ ਕਿ ਇਹਨਾਂ ਲੀਡਰਾਂ ਨੂੰ ਜ਼ਰਾ ਵੀ ਸੰਗ ਨਹੀਂ ਹੈਗੀ ਕਿ ਅਸੀਂ ਕਹਿਣਾ ਕੀ ਚਾਹ ਰਹੇ ਹਾਂ, ਸਾਡੇ ਲੋਕ ਕਿੱਥੇ ਜਾਣਗੇ, ਲੋਕਾਂ ਦੇ ਉੱਤੇ ਕਿੱਦਾਂ ਇਹਦਾ ਅਸਰ ਹੋਏਗਾ, ਕਿਤੇ ਭੜਕ ਨਾ ਜਾਵੇ, ਆਵਾਮ ਨਾ ਭੜਕ ਜੇ, ਜਨਤਾ ਨਾ ਭੜਕ ਜੇ, ਕੋਈ ਸ਼ਾਂਤੀ ਨਾ ਭੰਗ ਹੋ ਜੇ, ਕੋਈ ਕਾਨੂੰਨ ਲਾ ਐਂਡ ਕਾਨੂੰਨ ਦੀ ਜਿਹੜੀ ਲਾ ਐਂਡ ਉਹਦੀ ਸਥਿਤੀ ਹੈਗੀ ਹੈ ਔਡਰ ਦੀ, ਤਾਂ ਉਹ ਨਾ ਕਿਤੇ ਖਰਾਬ ਹੋ ਜਾਵੇ। ਇਹ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਕਰਦੇ, ਇਹਨਾਂ ਨੇ ਆਪਣਾ ਫਾਇਦਾ ਦੇਖਣਾ, ਬਿਆਨਬਾਜ਼ੀਆਂ ਕਰਕੇ ਇਹ ਭੜਕਾ ਰਹੇ ਨੇ ਇਸ ਚੀਜ਼ ਨੂੰ। ਹੋ ਸਕਦਾ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਦੇ ਜਿੱਦਾਂ ਸੱਟ ਮਾਰੀ ਜਾ ਰਹੀ ਹੈ, ਉਹ ਭਾਜਪਾ ਜਿੱਦਾਂ ਕਿਸੇ ਚਾਹੁੰਦੀ ਹੈ ਵੀ ਕਿਸੇ ਨਾ ਕਿਸੇ ਆਨੇ ਬਹਾਨੇ ਕਿਤੇ ਨਾ ਕਿਤੇ ਜਾ ਕੇ ਪੰਜਾਬ ਦਾ ਮਾਹੌਲ ਕਰਕੇ ਇਸ ਗੱਲ ਨੂੰ ਜਿਹੜਾ ਉਹ ਕਵਰ ਕਰ ਲਿਆ ਜਾਵੇ, ਜਿਹੜੇ ਬਿੱਲ ਨੇ ਕਾਨੂੰਨ ਬਣੇ ਨੇ ਕਿ ਇਹਨਾਂ ਨੂੰ ਲੋਕ ਭੁੱਲ ਜਾਣ। ਲੱਗਦਾ ਨਹੀਂ ਕਿ ਇਸ ਮਸਲੇ ਦੇ ਵਿੱਚ ਬਾਦਲ ਸਾਹਿਬ ਨੂੰ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ, ਕਿਉਂਕਿ ਚੌਟਾਲਾ ਪਰਿਵਾਰ ਨਾਲ, ਇਹ ਤਾਂ ਚੌਟਾਲਿਆਂ ਦੀ ਪੁੱਤ ਪੀੜ੍ਹੀਆਂ ਦੇ ਵਿੱਚੋਂ ਆ, ਉਹਨਾਂ ਦੇ ਪੋਤੇ ਨੇ, ਇਹਨਾਂ ਨੇ ਇਹੋ ਜਿਹੀ ਗੱਲ ਕਰਤੀ ਉੱਥੇ ਜਦੋਂ ਇਹਨਾਂ ਦੇ ਘਰ ਦੇ ਵਿੱਚ ਕੋਈ ਕਲੇਸ਼ ਪਿਆ, ਅਤੇ ਉੱਥੇ ਬਾਦਲ ਸਾਹਿਬ ਆਪ ਸਮਝਾਉਣ ਜਾਂਦੇ ਨੇ ਕਿ ਕਾਕਾ ਰਲ ਕੇ ਰਹੋ, ਰਲ ਕੇ ਪਰਿਵਾਰ ਨੂੰ ਜੋੜ ਕੇ ਰੱਖੋ। ਇੱਥੇ ਨਹੀਂ ਚਾਹੀਦਾ ਕਿ ਰਲ ਕੇ ਰਹਿਣਾ ਚਾਹੀਦਾ, ਪੰਜਾਬ ਅਤੇ ਹਰਿਆਣੇ ਨੂੰ ਰਲ ਕੇ ਰਹਿਣਾ ਚਾਹੀਦਾ, ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ। ਧੱਕੇ ਨਾਲ ਹੱਕ ਜਿਤਾਉਣਾ ਉਹ ਚੰਡੀਗੜ੍ਹ 'ਤੇ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ। ਦੇਖੋ, ਪਹਿਲੀ ਤਾਂ ਗੱਲ ਇਹ ਆ, ਜਿਹੜੀਆਂ ਪੰਜਾਬ ਦੇ ਵਿੱਚ ਪਾਰਟੀਆਂ ਨੇ ਸਮੁੱਚੀਆਂ, ਚਾਹੇ ਛੋਟੀ ਆ, ਚਾਹੇ ਵੱਡੀ ਆ, ਚਾਹੇ ਨਵੀਂ ਆ, ਚਾਹੇ ਪੁਰਾਣੀ ਆ, ਰਾਜਨੀਤਿਕ ਪਾਰਟੀਆਂ, ਉਹ ਆਪਣਾ ਏਜੰਡਾ ਕਲੀਅਰ ਕਰਨ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਾ,
अपने बयान बयान राही जनतक तौर पर लिखती तौर पर अपना एजेंडा क्लीयर करन कि उन्हों का एजेंडा की है, सत्ता हासिल करनी, लोगों को बुद्धू बनाना है, जां सच्ची मुची पंजाब के हितों की गल करना। जे पंजाब के हितों की गल करना सारिया पार्टियां का एक एजेंडा आउंदा सामने लिखती रूप दे विच आ जांदा जनतक होंदा है, तां फिर एक कल्ले बादल साहब क्यों जाण जां कैप्टन क्यों जाण जां होर आम आदमी पार्टी के जां बी एस पी के जिहड़े भी पुराने जां सिमरजीत सिंह मान होणे ने इह क्यों जाण कल्ले कल्ले बई। पंजाब की गल है, पंजाब की राजधानी की गल आ, नहीं एक बार गल करके लिखती रूप से दिया जाए उन्होंने भी आह बयान अपना वापस लै ला, नहीं लैना तो जिदा फिर आके चंडीगढ़ से हक जता के दिखा तू कौन हूं। संविधानक तौर पर भी लड़ा जा सकता, कानूनी तौर पर भी लड़ा जा सकता, उदा भी जड़िया सियासी पार्टियां ने आप बयान सीधे ठोक के जवाब देना अगले भी तुम कौन होंगे हो, किस हक नाल तुम कह रहे हो साडा है, ठीक है। उदा उदा मैनीफेस्टो चक के देख लो, चंडीगढ़ का मुद्दा बच्चे है पिछले 50 साल तो तुरंत हरेक के मैनीफेस्टो के पंजाबी बोलते इलाकों का कर देंगे ने, तो कर कुछ भी नहीं। यू कट्ठे होना चाहिए, कल तो कल क्यों 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 दूजा आके कोई भी आके किसी भी स्टेट का बंदा आके पंजाब वाल उंगल चक दिंदा है, तो सारे सुते बैठे एक दूजे मूहल देखी जाते हैं, तो सत्ता पाने घर तक जाके पैरों तक लाने लग जाते हैं लोगों के, जो उन्होंने अधिकारों की उन्होंने हकों की गल आ उदो सारे अंदर वड़ के चुप कर जाते। जदों तो गल वैसे लोगों को भी सोचना चाहिए जो वोटा पाते हैं कि जो एस वाई एल की गल आती है तो इधरों साढ़े पंजाब जोड़े पंजाब के हितैषी कहते हैं वह कई चक के आ जाते हैं, उधरों हरियाणे कई चक के आ जाते हैं, वो कहते साडा हक है, वो कहते साडा हक है, वटो वट लहोए होंगे ने। पर गल तो यह है कि लोग भी हूँ समझ जाए, अगले समय के लोगों सियाने बन जाने चाहिए, इन चीज़ों सारियां समझना चाहिए कि सियासत किहड़े पासे नूं घूमदी है, गेम किहड़े पासे घूमती है, की सियासी लीडर की मंशा है, उही जे जे पी जिहड़ी आम लोगों के विच विचर के आम लोगों की पार्टी कहाउण दा हिया रखदी सी, ते हुण उही जे जे पी जिहड़ी है वह केंद्र की जां इदां कह लो कि भाजपा की भाषा जिहड़ी है वह बोल रही है। हुण असीं गल करदे हां श्रोमणी गुरद्वारा प्रबंधक कमेटी नूं लैके, श्रोमणी कमेटी लगातार विवादां विच है, जदों तो इहदे उत्ते राजसी धिरां जिहड़ियां ने वह काबज़ होईआं, जिन्हां ने पिछों जिहड़ा इहनूं थापड़ा दे के सीधे तौर पर आके भी कहा कि हाँ ये साडी इक जिहड़ी जथेबंदी है, जां कह लो कि असीं इहनूं जिहड़ा उह हैंडल करदे हां। चर्चा जिहड़ी हो रही है कि अगले दिनों दे विच इक वड्डा खुलासा होण जा रिहा, साबका जथेदार साहब कह रहे उहदे उत्ते परमिंदर जी की सोचदे हो, जिवें मैं कहा कि श्रोमणी कमेटी सिखां दी हितैषी, सिखां दी धार्मिक संस्था, पर राजसी ते राय नूं हाले भी उस तरीके नाल चला रही है। बिल्कुल, पहला एजेंडा कुछ होर सीगा, पहला जिहड़ा आपां कह लिया आपां कह सकदे हां कि जिहड़ा मकसद सीगा श्रोमणी कमेटी दा होर सी, हुण उह मकसद तो भटकी हुई है, कोई अज दी नहीं, सब जानदे ने। सुखविंदर साबका जथेदार की कह रहे ने, लोगों सब पता है। हुण जिहड़ा नवां मुद्दा उठ के आया कि टास्क फोर्स दा है, दूजा हैगा कि जिहड़ा 2328 जिहड़े महाराज के सरूप गायब हुए थे, उस मसले के उत्ते साबका जथेदार ज्ञानी जथेदार रणजीत सिंह होरी उन्हों का बयान आया कि जो इन्होंने रिपोर्ट पेश की अधूरी है ज गलत, ठीक है, हरेक पन्ने के उत्ते साइन करके कहते उन्होंने रिपोर्ट जी है नशर की, लेकिन असली रिपोर्ट उन्होंने कोल आ, वह कहते मेरे को पहुँच चुकी असल रिपोर्ट, वो पुछते हैं कि 7 तरीक न मौजूदा कार्यकारी जथेदार हरप्रीत सिंह ते लौंगोवाल, ये दोनों गोबिंद सिंह लौंगोवाल एस जी पी सी के प्रधान ने जिहड़े, वो कहिंदे वी 7 तरीक नूं 7 नवंबर नूं आके जनतक तौर पर सिख संगत के सामने वो आके गल क्लीयर करन 328 सरूपां दे बारे, ते जे नहीं आउंदे तां वह बकायदा तौर पर वह जिहड़े हैगे आ सबूत पेश करनगे, रिपोर्ट असली है जिहड़ी वह क्लीयर करनगे, लोगों के सामने रख देणगे। वो कहिंदे इस गल का जवाब चाहिए कि जिहड़े 328 सरूप ने वह किहदे कोल गए, किथे गए ने, वह किन्हां दे कोल ने, हुण किन्हां बंदियां दी जां किसे संस्था दी किहदी जिहड़ी मंजूरी मिली सी, उहनूं किन्हां ने फोर्स कीता सी उहनां नूं लैके जाण दी। दूजी गल उहनां ने कीती है कि जिहड़े भेटा दी माया दी गल करदे आ, इह कहिंदे उह तां 2013 तों लैके 15 तक दी सीगा रौला, उह 2015 तों बाद इह 328 सरूपां दा मामला आया, तो इहनूं क्लीयर करना चाहीदा, उस मामले नूं इहदे नाल रला के जिहड़ा हैगा अगे तुरिया जा रहा। सो उह 7 नवंबर नूं देखणा पऊगा, हुण उह शांतिपूर्वक कहिंदे असीं मार्च करदे आवांगे ते अपनी गल रखांगे संगत सामने। शुक्रिया, धन्नवाद।
ਸੋ ਖਬਰਾਂ ਟੋਪਦਿਆਂ ਦੇ ਵਿੱਚ ਅੱਜ ਦੇ ਲਈ ਫਿਲਹਾਲ ਇੰਨਾ ਹੀ। ਅਸੀਂ ਪੰਜਾਬ ਦੇ ਕਿਸਾਨੀ ਮਸਲਿਆਂ ਉੱਤੇ ਅਤੇ ਕੇਂਦਰ ਦੀ ਸਿਆਸਤ ਉੱਤੇ ਪੰਜਾਬ ਸਰਕਾਰ ਜੋ ਰਾਸ਼ਟਰਪਤੀ ਸਾਹਿਬ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹਾਲੇ ਤੱਕ ਕਹਿੰਦੇ ਸਮਾਂ ਨਹੀਂ ਮਿਲਿਆ ਅਤੇ ਫਿਰ ਤੋਂ ਦੁਬਾਰਾ ਵੀ ਕਹਿੰਦੇ ਸਮਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਖਬਰਾਂ ਅੰਦਰੋਂ ਸੂਤਰਾਂ ਦੇ ਮੁਤਾਬਕ ਸਾਹਮਣੇ ਆ ਰਹੀਆਂ ਨੇ। ਸ਼੍ਰੋਮਣੀ ਕੀ ਕੁਛ ਕਮੇਟੀ ਕੀ ਕੁਛ ਕਰ ਰਹੀ ਹੈ, ਉਸ ਉੱਤੇ ਵੀ ਅਸੀਂ ਚਰਚਾ ਕੀਤੀ ਹੈ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।